ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਅਸੀਂ ਸੋਚਿਆ ਵੀ ਥੋੜੀ ਜਿਹੀ ਅਸੀਂ ਜਿਹੜੇ ਵੀ ਸਾਡੇ ਵਿਚਾਰ ਆ ਪੰਜਾਬ ਬਾਰੇ, ਪੰਜਾਬ 'ਚ ਅਸੀਂ ਅੱਗੇ ਕਦਮ ਵਧਣਾ, ਸੋ ਉਹ ਅਸੀਂ ਮਾੜੀ ਜਿਹੀ ਡਿਸਕਸ਼ਨ ਕਰਨੀ ਆ। ਜੇ ਸੋਚ ਵਿਚਾਰ ਜਿਹੜੇ ਵੀ ਪੰਜਾਬ ਦੇ ਵਿੱਚ ਕਿੰਨੇ ਵੀ ਬਹੁਤ ਕੰਮ ਪਾਏ ਹੋ ਆ, ਸੇਵਾ ਦੀ ਬਹੁਤ ਲੋੜ ਆ, ਕਈ ਇਲਾਕਿਆਂ ਦੇ ਵਿੱਚ ਬਹੁਤ ਸੇਵਾ ਦੀ ਲੋੜ ਆ, ਅਤੇ ਅਸੀਂ ਉਹ ਸੋਚਦੇ ਸੀ ਅਸੀਂ ਕਿੱਦਾਂ ਹੁਣ ਇਹਨੂੰ ਕਿੱਦਾਂ ਅਸੀਂ ਅੱਗੇ ਲੈ ਕੇ ਜਾ ਸਕਦੇ। ਹੁਣ ਤੁਹਾਨੂੰ ਪਤਾ ਭਈ ਕਿੰਨੀਆਂ ਮੁਸ਼ਕਲਾਂ ਪੰਜਾਬ ਦੇ ਵਿੱਚ, ਕਿੰਨੇ ਵੀ ਜਿਹੜੇ ਆਮ ਲੋਕ ਇਹਨਾਂ ਨੂੰ ਅਫਸੋਸ ਆ ਵੀ ਜਿਹੜਾ ਢਿੱਡ ਭਰਦਾ ਉੱਧਰ ਚੱਲ ਜਾਂਦੇ ਆ, ਜਾਂ ਕੋਈ ਡੇਰਾ ਹੋਵੇ, ਜਾਂ ਕੋਈ ਬਾਬਾ ਹੋਵੇ, ਜਾਂ ਕੋਈ ਹੋਰ ਧਰਮ ਹੋਵੇ, ਕਿਉਂਕਿ ਜਿਹੜੇ ਗਰੀਬ ਆ, ਗਰੀਬਾਂ ਲਈ ਉਹੀ ਗੱਲ ਹੁੰਦੀ ਭਈ ਜਿਹਦਾ ਬੱਚਾ ਬਿਮਾਰ ਹੋ ਜਾਵੇ, ਜਿਹਦਾ ਕੋਈ ਘਰ ਵਾਲਾ ਕੋਈ ਬਜ਼ੁਰਗ ਬਿਮਾਰ ਹੋਵੇ, ਆ ਕੇ ਕੋਈ ਉਹਨਾਂ ਦਾ ਇਲਾਜ ਕਰਾਵੇ, ਸੇਵਾ ਕਰੇ, ਉਹ ਉੱਧਰ ਨੂੰ ਮੋੜ ਲੈਂਦੇ। ਤੁਹਾਨੂੰ ਇਹ ਵੀ ਪਤਾ ਕਈ ਸ਼ੈਤਾਨ ਵੀ ਜਿਹੜੇ ਬੰਦੇ ਹੈਗੇ ਆ ਜਿਹੜੇ ਜਾਣ ਕਿੱਦਾਂ ਕਰਦੇ ਆ ਭਈ ਸਿੱਖਾਂ ਦੂਜੇ ਪਾਸੇ ਲਾਉਣ ਨੂੰ, ਪਰ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਆ, ਮੁਸਲਿਮ ਆ, ਸਿੱਖ ਆ, ਈਸਾਈ ਆ, ਮੁਸਲਮਾਨ, ਬੁੱਢੇ, ਹਿੰਦੂ ਸਾਰੇ ਹੈਗੇ ਪੰਜਾਬ 'ਚ। ਸੋ ਉਹਦੇ ਵਿੱਚ ਜਦੋਂ ਗਰੀਬੀ ਆਉਂਦੀ ਆ, ਗਰੀਬੀ ਧਰਮ ਨਹੀਂ ਦੇਖਦੀ, ਕਿ ਪੰਜਾਬ ਦੇ ਵਿੱਚ ਸਾਡਾ ਜਿਹੜਾ ਭਾਈ ਕੀ ਰੋਲ ਆ, ਅਸੀਂ ਕਿੱਦਾਂ ਵੱਧ ਸਕਦੇ। ਮੇਰਾ ਇੱਕ ਸੁਜੈਸ਼ਨ ਹੈਗਾ ਕਿ ਜਿਹੜਾ ਪੰਜਾਬ 'ਚ ਦੇਖੋ ਕਿੰਨੇ ਹਜ਼ਾਰ ਪਿੰਡ ਆ, ਇਹ ਤੁਸੀਂ ਜਿਹੜਾ ਪੋਸਟ ਆ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਮੇਰੇ ਫੇਸਬੁੱਕ 'ਤੇ ਰਿਸਟ੍ਰਿਕਸ਼ਨ ਲਾਈ ਹੋ ਆ, ਮੇਰੀ ਰੀਚ ਬਹੁਤ ਘੱਟ ਕੀਤੀ ਗਈ ਆ 2-3 ਮਹੀਨੇ ਤੋਂ, ਸੋ ਇਹ ਬੇਨਤੀ ਆ ਤੁਸੀਂ ਇਕੱਲੇ ਇਕੱਲੇ ਇਹ ਜ਼ਰੂਰ ਸ਼ੇਅਰ ਕਰਿਓ। ਹੁਣ ਇੱਥੇ UK ਵਿੱਚੋਂ, USA, ਕੈਨੇਡਾ ਵਿੱਚੋਂ, ਯੂਰਪ 'ਚੋਂ ਕਈ ਗਰੁੱਪ ਸੇਵਾ ਕਰਦੇ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਵੀ ਗਰੁੱਪ ਹੈਗੇ ਕਿੰਨੀ ਸੇਵਾ ਕਰਦੇ, ਅਤੇ ਜਿਹੜੀਆਂ ਸੰਸਥਾ ਲੱਗੀਆਂ ਸੇਵਾ ਕਰਨ 'ਤੇ, ਜੇ ਅਸੀਂ ਜਿੱਦਾਂ ਮਾਲਵਾ, ਦੁਆਬਾ, ਮਾਝਾ, ਅਤੇ ਇਹਨਾਂ ਵਿੱਚ ਤੁਹਾਨੂੰ ਪਤਾ ਸਪੈਸ਼ਲੀ ਮਾਲਵਾ ਅਤੇ ਦੁਆਬੇ ਵਿੱਚ ਸਪੈਸ਼ਲੀ ਜਿੱਦਾਂ ਵੀ ਬੋਰਡਰ ਏਰੀਏ ਵਿੱਚ ਜਿੱਥੇ ਵੀ ਨਿੱਕੇ ਨਿੱਕੇ ਪਿੰਡ ਕਾਫੀ ਹੈਗੇ ਜਿੱਥੇ ਤੁਹਾਨੂੰ ਪਤਾ ਕਿੰਨੀ ਗਰੀਬੀ ਆ। ਮੇਰਾ ਖਿਆਲ ਇੱਕ ਇੱਦਾਂ ਹਰ ਚੀਜ਼ਾਂ ਦੀ ਪਲੈਨ ਕੋਈ ਬਣਾਉਣਾ ਪੰਜਾਬ 'ਚ, ਕੋਈ ਕੋਈ ਕੰਮ ਕਰਨ ਦਾ ਪੰਜਾਬ ਦੇ ਵਿੱਚ, 5 ਸਾਲ ਦਾ, 10 ਸਾਲ ਦਾ, 1 ਸਾਲ ਦਾ, 5 ਸਾਲ ਦਾ, 10 ਸਾਲ ਦਾ, 15 ਸਾਲ ਦਾ ਪਲੈਨ ਬਣਾਉਣਾ ਚਾਹੀਦਾ। ਪਲੈਨ ਤੋਂ ਬਗੈਰ ਕੁਛ ਨਹੀਂ ਬਣਦਾ। ਜੇ ਮੈਂ ਬਸ ਵੀਡੀਓ ਕਰੀ ਜਾਵਾਂ, ਲਾਈਵ ਕਰੀ ਜਾਵਾਂ, ਆਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਮੈਂ ਦੇਖਦਾ ਕਈ ਵਾਰੀ ਸਾਡੇ ਹੈਗੇ ਬੰਦੇ ਜਿਹੜੇ ਭਾਈ ਵੀਡੀਓ ਬਣਾ ਕੇ ਆਪਣੇ ਪੈਸੇ ਬਣਾਉਂਦੇ ਆ, ਬਸ ਖਾਲਸੇ 'ਤੇ ਅਟੈਕ ਕਰੀ ਜਾਣੇ, ਉਹਨੂੰ ਪਤਾ ਵੀ ਕਹਿ ਦਈਏ ਪੰਜੇ ਇਕੱਲਾ ਪੰਜਾਬ ਕਰੋ ਜੀ, ਇਕੱਲਾ ਪੰਜਾਬ ਕਰੋ, ਪਰ ਤੁਸੀਂ ਕਰਨਾ ਨਹੀਂ ਗਾ, ਤੁਸੀਂ ਵੀਡੀਓ ਬਣਾ ਕੇ ਬਸ ਖਾਪਾ ਹੀ ਜਾਣੀ, ਪੈਸੇ ਬਣਾਈ ਜਾਣੇ ਦੂਜੇ ਉਂਗਲਾਂ ਉਠਾਉਣ ਨੂੰ। ਇੱਦਾਂ ਕੰਮ ਕਰਨਾ ਪੈਣਾ ਵੀ ਇਕੱਲੇ ਇਕੱਲੇ ਇੱਕ ਜਥੇਬੰਦੀਆਂ, ਜਿੱਦਾਂ ਸਾਡੀ ਖਾਲਸਾ ਏਡ ਆ UK ਵਿੱਚ ਆ, US, ਕੈਨੇਡਾ, ਇੰਡੀਆ ਵਿੱਚ ਵੀ ਸਾਰੇ ਕੋਲ ਮਾਇਆ ਵੀ ਆ ਜਾਂਦੀ ਆ, ਮਾਇਆ ਦੀ ਕੋਈ ਇਹ ਨਹੀਂ ਭਾਈ ਮਾਇਆ ਦੀ ਘਾਟ ਆ। ਇੱਕ ਇਲਾਕੇ ਦੇ ਵਿੱਚੋਂ ਜਿੱਦਾਂ ਗਰੀਬ ਪਿੰਡ ਜਿਹੜੇ ਵੀ 25-25 ਪਿੰਡ ਲੈ ਲਈਏ, ਇਕੱਲੇ ਇਕੱਲੇ ਜਥੇਬੰਦੀਆਂ 25-25 ਪਿੰਡ ਲੈ ਲਈਏ, ਉਹਦੇ ਵਿੱਚ ਤੁਸੀਂ ਕਹਿ ਲਓ ਚਲੋ 2 ਸਾਲ ਦਾ ਪ੍ਰੋਜੈਕਟ ਬਣਾ ਲਓ। ਹੁਣ ਅਸੀਂ ਇੱਕ ਕੋਸ਼ਿਸ਼ ਕੀਤੀ ਸੀ ਮਾਨਸਾ ਪਿੰਡ, ਕੋਟ ਧਰਮੂ, ਇੱਕ ਪਿੰਡ ਦੇ ਵਿੱਚ ਸਾਨੂੰ ਪਤਾ ਕਿੰਨਾ ਚਿਰ ਲੱਗ ਗਿਆ, ਉਹਦੇ ਵਿੱਚ ਗਰੀਬਾਂ ਦੀ ਮਦਦ ਕਰਨ ਲਈ ਘਰ ਬਣਾਉਣੇ, ਉਹਨੂੰ ਪਸ਼ੂਆਂ ਡੰਗਰ ਲਾ ਕੇ ਦਿੱਤੇ, ਫਿਰ ਟ੍ਰੇਨਿੰਗ ਦਿੱਤੀ ਗਈ, ਸਿਲਾਈ ਸੈਂਟਰ ਖੋਲਿਆ ਗਿਆ। ਕਈ ਵਾਰੀ ਤੁਸੀਂ ਛੋਟੇ ਲੈਵਲ 'ਤੇ ਲੈ ਲਓ, 10-10 ਪਿੰਡ ਲੈ ਲਓ, ਨਹੀਂ ਤਾਂ 25-25 ਜਾਵੇ ਆ, ਉਹ ਵੀ ਤੁਸੀਂ 2 ਸਾਲ ਦਾ ਪਲੈਨ ਬਣਾਉਣਾ, ਅਤੇ ਜਿਹੜੇ ਪਿੰਡ ਵਾਲੇ ਆ ਉਹਨਾਂ ਨੂੰ ਵੀ ਜੋੜਨਾ ਪੈਣਾ, ਆਪਣੀ ਜ਼ਿੰਮੇਵਾਰੀ ਲੈਣੀ ਪੈਣੀ ਭਾਈ ਹਾਂ ਅਸੀਂ ਚਾਹੁੰਦੇ ਹਾਂ ਜਥੇਬੰਦੀਆਂ ਆ ਕੇ ਸਾਡੇ ਪਿੰਡ 'ਤੇ ਆ ਕੇ ਸਾਡੀ ਮਦਦ ਕਰਨ, ਪੰਚਾਇਤਾਂ ਹੋਣ, ਗੁਰਦੁਆਰਾ ਸਾਹਿਬ ਗ੍ਰਾਂਤੀ ਹੋਣ। ਪਰ ਪੰਚਾਇਤਾਂ ਦਾ ਮੇਨ ਜਿਹੜਾ ਆਈਡੀਆ ਇਹ ਹੁੰਦਾ ਭਾਈ, ਕਿਉਂਕਿ ਕਈ ਵਾਰੀ ਪਿੰਡ 'ਚ ਜ਼ਮੀਨ ਜਿਹੜੀ ਹੁੰਦੀ ਆ ਉੱਥੇ ਕੰਮ ਕਰਨਾ ਪੈਂਦਾ, ਜਾਂ ਕੁਛ ਬੇਸ ਬਣਾਉਣਾ ਪੈਂਦਾ, ਉਹ ਵੀ ਅਪਸੈਟ ਹੋ ਜਾਂਦੇ। ਜੇ ਇਕੱਲੀ ਇਕੱਲੀ ਸੰਸਥਾ 10-10, 15-15 ਪਿੰਡ, ਪਹਿਲਾਂ ਇੱਕ ਇੱਕ ਇਲਾਕਾ ਸ਼ੁਰੂ ਕਰੀਏ, ਇੱਕ ਮਾਝਾ ਹੋ ਗਿਆ ਕਹਿ ਲਓ, ਮਾਝੇ ਦੇ ਵਿੱਚ ਸਾਰੇ ਜਿਹੜੇ ਜਥੇਬੰਦੀਆਂ ਜਿੰਨੇ ਪਿੰਡ ਹੈਗੇ ਆ ਪਿੰਡ ਵੰਡ ਲਈਏ, ਜਿਹੜੀਆਂ ਵੱਡੀਆਂ ਜਥੇਬੰਦੀਆਂ, ਜਿਹੜੀਆਂ ਮੀਡੀਅਮ ਸਾਈਜ਼ ਜਥੇਬੰਦੀਆਂ, ਜਿਹੜੀਆਂ ਛੋਟੀਆਂ ਜਥੇਬੰਦੀਆਂ, ਇੱਕ ਪਿੰਡ ਹੋਵੇ, 2 ਪਿੰਡ ਹੋਵੇ, ਪਰ ਜਿਹੜੀਆਂ ਛੋਟੇ ਜਥੇਬੰਦੀ ਵੀ ਕੰਮ ਕਰਦੀਆਂ ਕਹਿ ਲਓ, ਉਹਨੇ 2-2 ਪਿੰਡ ਸੰਭਾਲ ਲਏ, ਉਹ ਵੀ ਜਿਹੜੀਆਂ ਵੱਡੀ ਜਥੇਬੰਦੀ ਜਿੱਦਾਂ ਖਾਲਸਾ ਸਾਈਡ ਵੀ ਹੈਗੀ ਆ, ਉਹ ਫਿਰ ਉਹਨਾਂ ਦੀ ਮਦਦ ਕਰ ਸਕਦੀ, ਜਦੋਂ ਆਪਣੇ ਘਰ ਬਣਾਉਣੇ ਹੋਣ, ਕਦੋਂ ਥੋੜ੍ਹੇ ਮਟੀਰੀਅਲ ਲੈ ਦਿੱਤਾ, ਸਾਰਾ ਫਿਰ ਇੱਟਾਂ ਲੈ ਦਿੱਤੀਆਂ, ਉਹਨਾਂ ਨੂੰ ਸੀਮੈਂਟ ਲੈ ਦਿੱਤਾ, ਵੀ ਤੁਸੀਂ ਸੁਪਰਵਾਈਜ਼ ਕਰੋ, ਅਤੇ ਸਾਡੇ ਜਿਹੜੇ ਬੰਦੇ ਉਹ ਵੀ ਦੇਖੂਗੇ, ਨਿਗਾਹ ਰੱਖੂਗੇ ਵੀ ਜਿਹੜੇ ਘਰ ਬਣ ਰਹੇ ਆ ਉਹਦੇ ਵਿੱਚ ਕੋਈ ਗਲਤ ਕੰਮ ਨਹੀਂ ਹੋ ਰਿਹਾ। ਸੋ ਇਹਦੇ ਵਿੱਚ ਸਾਨੂੰ ਪਤਾ ਵੀ ਜੇ ਤੁਸੀਂ 5 ਸਾਲ ਦਾ ਪਲੈਨ ਬਣਾ ਲਓ, ਚਲੋ 2 ਸਾਲ ਦਾ ਹੋ ਗਿਆ, 5 ਸਾਲ ਦਾ, 2 ਸਾਲ ਦੇ ਵਿੱਚ ਤੁਸੀਂ 10-15 ਘਰ ਲੈ ਲਿਆ ਇਕੱਲੇ ਇਕੱਲੇ ਜਥੇਬੰਦੀ ਨੇ, 5 ਸਾਲ ਦੇ ਵਿੱਚ ਉਹ ਫਿਰ ਕਹਿ ਲਓ ਭਈ 20-25-30-40-50 ਪਿੰਡ ਹੋਏ ਜਿਹੜੇ ਬਹੁਤ ਗਰੀਬ ਆ, ਅਤੇ ਜੇ 5 ਵੀ ਜਾਂ 10 ਜਥੇਬੰਦੀਆਂ ਕਹਿ ਲਓ, 10 ਜਥੇਬੰਦੀਆਂ ਨੇ
20 पिंड ला लाए 10 पिंड ला लाए 10 दे हो गए 100 पिंड हो गए 100 पिंड हो गए 2 साल का प्लैन हो गया 2 साल के फिर 5 साल का प्लैन बनाओ 5 साल के 250-300 पिंड हो गया एक इलाके डट के काम करना पैना बंदे रखने पैने फुल टाइम जॉब से जिहड़े साडे नौजवान कुड़ियां मुंडे जिहड़े ग्रैजुएट आ जिहड़े बाहर आ रहे उन्हां नूं काम नहीं मिलता चंगी तनखाह दो ਉਹ ਸਾਡੇ ਮੈਨੇਜਰ ਬਣ ਸਾਡੇ ਸੁਪਰਵਾਈਜ਼ਰ ਬਣ ਉਹ ਪ੍ਰੋਜੈਕਟ ਮੈਨੇਜਰ ਬਣ ਉਹਨਾਂ ਨੂੰ ਵੀ ਜੋਬ ਦਿੱਤੀ ਜਾਊਗੀ ਜੇ ਤੁਸੀਂ ਕਹਿੰਦਾ 10 ਪਿੰਡ ਲੈ ਲਾਏ 10 ਪਿੰਡ ਤੁਸੀਂ ਕਹਿੰਦਾ ਭਾਈ 5-5 ਪਿੰਡ ਦੇ 2 ਲਾ ਤੇ ਸੁਪਰਵਾਈਜ਼ਰ ਜਿਹੜੇ ਪ੍ਰੋਜੈਕਟ ਮੈਨੇਜਰ ਲਾ ਤੇ ਉਹ ਫਿਰ 2 ਬੰਦੇ ਬੜੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਜਦੋਂ 2 ਪ੍ਰੋਜੈਕਟ ਮੈਨੇਜਰ ਬਣ ਗਏ ਤੇ ਛੋਟੇ ਲੈਵਲ ਤੇ ਸਾਨੂੰ ਮੈਨੇਜਰ ਰੱਖਣੇ ਪੈਣੇ ਫਿਰ ਜਿਹੜੇ ਬੰਦੇ ਜਿਹੜੇ ਕੰਮ ਕਰਨ ਨੂੰ ਰੱਖਣੇ ਪੈਣੇ ਜਿਹੜੇ ਪੇਪਰ ਵਰਕ ਕਰਨਾ ਪੰਜਾਬ 'ਚ ਫਿਰ ਤੁਸੀਂ ਕਹਿੰਦੇ ਉਹਨੂੰ ਜੋਬ ਵੀ ਦੇ ਸਕਦੇ ਆ ਨਾਲੇ ਇੱਕ ਪਾਸੇ ਜੋਬਾਂ ਦਿੰਦੇ ਨਾਲੇ ਤੁਸੀਂ ਗਰੀਬਾਂ ਦੀ ਮਦਦ ਕਰਦੇ ਨਾਲੇ ਤੁਸੀਂ ਸਮਾਨ ਉੱਥੋਂ ਖਰੀਦੋ ਉਹ ਜਿਹੜੇ ਸਪਲਾਇਰ ਆ ਜਿਹੜਾ ਹੇਰਾ ਫੇਰੀ ਨਹੀਂ ਕਰਦੇ ਸਾਨੂੰ ਪਤਾ ਅੱਜ ਕੱਲ੍ਹ ਆਪ ਦੇਖਿਆ ਸਾਨੂੰ ਖ਼ਬਰਾਂ ਵੀ ਆਉਂਦੀਆਂ ਭਾਈ ਜਿੱਦਾਂ ਹੇਰਾ ਫੇਰੀ ਚੱਲੀ ਸਮਾਨ ਲੈਣ ਦੀ ਉਹ ਫਿਰ ਇੱਥੋਂ ਸਮਾਨ ਲੈਣਾ ਤੁਸੀਂ ਕਹਿਣਾ ਅਸੀਂ ਤੁਹਾਨੂੰ ਇੰਨਾ ਸਮਾਨ ਦੇਣਾ ਕਹਿ ਲਓ ਭਾਈ 2 ਲੱਖ ਦਾ ਹੋ ਗਿਆ 3 ਲੱਖ ਦਾ ਹੋ ਗਿਆ ਪਰ ਤੁਸੀਂ ਉਹਦੇ ਵਿੱਚੋਂ 10% ਕੱਢਣਾ ਜਿਹੜਾ ਭਾਈ ਗਰੀਬਾਂ ਦੇ ਘਰ ਬਣਦੇ ਉਹਦੇ ਤੁਸੀਂ ਮਟੀਰੀਅਲ 10% ਦਾ ਜਾਂ ਪੈਸਾ 10% ਕੱਢ ਕੇ ਤੁਸੀਂ ਦੱਸਣਾ ਇੱਕ ਗਰੀਬਾਂ ਦੇ ਪਿੰਡ ਦੇ ਵਿੱਚ ਤੁਸੀਂ ਘਰ ਇੱਕ ਦੋ ਘਰ ਬਣਾਉਣੇ ਉਹ ਵੀ ਨਾਲ ਸਾਨੂੰ ਰਲਗੇ ਅਸੀਂ ਉਹ ਤੋਂ ਉਹਨੂੰ ਦਈਏ ਪੈਸੇ ਜਿਹੜੇ ਭਾਈ ਚੰਗੇ ਕਹਿ ਲਓ ਭਾਈ ਸਾਨੂੰ ਫਰਕ ਨਹੀਂ ਆ ਕੋਈ ਹਿੰਦੂ ਸਪਲਾਇਰ ਹੋਵੇ ਕੋਈ ਮੁਸਲਿਮ ਸਪਲਾਇਰ ਹੋਵੇ ਕੋਈ ਸਿੱਖ ਸਪਲਾਇਰ ਹੋਵੇ ਪਰ ਉਹਨਾਂ ਦੀ ਡਿਊਟੀ ਲਾਉਣੀ ਆ ਭਾਈ ਤੁਸੀਂ ਵੀ ਇਹ ਕੰਮ ਕਰਨਾ ਅਸੀਂ ਉਹਨਾਂ ਬੈਠਣ ਨੂੰ ਤਿਆਰ ਹਾਂ ਜਿਹੜੇ ਕੰਮ ਕਰ ਰਹੇ ਪੰਜਾਬ ਦੇ ਵਿੱਚ ਜਿਹੜੇ ਬਸ ਗੱਲਾਂ ਹੀ ਕਰਦੇ ਅਸੀਂ ਉਹਨਾਂ ਨਹੀਂ ਬਹਿਣਾ ਕਿਉਂਕਿ ਸਾਨੂੰ ਪਤਾ ਉਹਨੇ ਗੱਲਾਂ ਹੀ ਕਰਨੀਆਂ ਫੇਸਬੁੱਕ ਤੇ ਫੇਰ ਸੋਸ਼ਲ ਮੀਡੀਆ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਯੇ ਨਹੀਂ ਕਰਦੇ ਤੁਸੀਂ ਉਹ ਨਹੀਂ ਕਰਦੇ ਉਹ ਬਸ 2-3 ਸਾਲ ਗੱਲਾਂ ਕਰਕੇ ਬਸ ਫੇਸਬੁੱਕ ਤੇ ਮਹਿਲ ਬਣਾ ਲਾਏ ਸੋ ਇਹਦੇ ਵਿੱਚ ਹੋ ਸਕਦਾ ਕੰਮ ਜਿਹੜਾ ਕੰਮ ਅਸੀਂ ਚਾਹੁੰਦੇ ਕਰਨਾ ਕਰ ਸਕਦੇ ਤੇ ਜੇ ਕਹਿ ਲਓ ਭਾਈ ਗਰੁੱਪ ਹੈਗੇ ਆ ਇਹਦੇ ਵਿੱਚ ਕਰਨਾ ਚਾਹੁੰਦੇ ਤੁਸੀਂ ਖਾਲਸਾ info@khalsa.org ਮੈਂ ਉੱਪਰ ਪਾ ਦੂੰਗਾ ਮਗਰੋਂ ਉੱਥੇ ਪੋਸਟ ਦੇ ਉੱਪਰ ਇਨਫੋਰਮੇਸ਼ਨ ਤੁਸੀਂ ਕੰਟੈਕਟ ਈਮੇਲ ਕਰ ਸਕਦੇ ਆ ਭਾਈ ਉਹ ਵੀ ਤੁਹਾਡੇ ਰਜਿਸਟਰਡ ਗਰੁੱਪ ਹੋਣ ਪੰਜਾਬ ਦੇ ਵਿੱਚ 2-3 ਸਾਲ ਤੁਹਾਡਾ ਐਕਸਪੀਰੀਅੰਸ ਹੋਵੇ ਅਸੀਂ ਜਾ ਕੇ ਦੇਖੀਏ ਤੁਸੀਂ ਕੰਮ ਕਿਹੜਾ ਕੀਤਾ ਕਿੱਥੇ ਕੀਤਾ ਫਿਰ ਤੁਹਾਨੂੰ ਅਸੀਂ ਅਪਰੂਵ ਕਰਾਂਗੇ ਇਹ ਨਹੀਂ ਭਾਈ ਜਿਹੜਾ ਮਰਜ਼ੀ ਆ ਗਿਆ ਗਰੁੱਪ ਬਣਾ ਕੇ ਉਹਨੂੰ ਦੇ ਦਿੱਤੇ ਪੈਸੇ ਜਾਂ ਉਹਨੂੰ ਦੇਤੀ ਜ਼ਿੰਮੇਵਾਰੀ ਪੈਸੇ ਤੁਸੀਂ ਕਿਸੇ ਦਿੰਦੇ ਨਹੀਂ ਅਸੀਂ ਬਸ ਸਮਾਨ ਲੈ ਕੇ ਦਿੰਦੇ ਹਾਂ ਸਪੋਰਟ ਕਰਨ ਨੂੰ ਇਹ ਜਿਹੜੇ ਸਾਂਝੇ ਕਰਨੇ ਵਿਚਾਰ ਜਿੱਦਾਂ ਉੱਥੇ ਕਾਫੀ ਵੱਡੀਆਂ ਜਥੇਬੰਦੀਆਂ ਹੈਗੀਆਂ ਉਹ ਜੇ ਕੰਮ ਕਰਨਾ ਚਾਹੁੰਦੇ ਬਹਿ ਕੇ ਅਸੀਂ ਪਲੈਨ ਬਣਾ ਲਈਏ ਆਹ ਤੁਸੀਂ ਲੈ ਲਓ 10-15 ਪਿੰਡ ਆਹ ਲੈ ਲਓ ਤੁਸੀਂ 10-15 ਪਿੰਡ ਖਾਲਸਾ ਐਡ ਲੈ ਲਓਗੀ ਕਹਿ ਲਓ ਭਾਈ 20-25 ਪਿੰਡ ਕਿਉਂਕਿ ਸਾਡਾ ਜਿਹੜਾ ਸਾਈਜ਼ ਵੱਡਾ ਆ ਜਾਂ 50 ਪਿੰਡ ਲੈ ਲਈਏ ਅਸੀਂ ਉਹ ਟਾਈਮ ਲੱਗਣਾ ਸਾਰਾ ਪਲੈਨ ਬਣਾਉਣ ਨੂੰ ਸਾਰਾ ਬਹਿ ਕੇ ਸਾਰਾ ਕੁਛ ਅਸੀਂ ਤਾਂ ਕਰ ਰਹੇ ਹਾਂ ਮੇਰੇ ਖਿਆਲ ਪਿਛਲੇ 1.5-2 ਸਾਲ ਤੋਂ ਇੱਥੋਂ ਬਸ ਯੂਕੇ ਤੇ ਮੇਰੇ ਖਿਆਲ 125-130 ਇੱਦਾਂ ਕੁਛ ਘਰ ਬਣਾ ਦਿੱਤੇ ਆ ਸੋ ਇਹ ਬਣਾ ਸਕਦੇ ਆ ਤੇ ਇਹਦੇ ਵਿੱਚ ਤੁਸੀਂ ਜੋਬਾਂ ਵੀ ਦੇ ਸਕਦੇ ਕੰਮ ਵੀ ਦੇ ਸਕਦੇ ਨੌਜਵਾਨਾਂ ਕੁੜੀਆਂ ਮੁੰਡਿਆਂ ਨੂੰ ਪਰ ਤੁਹਾਨੂੰ ਜਿਹੜੇ ਪਿੰਡ ਵਾਲੇ ਆ ਉਹ ਤੁਹਾਨੂੰ ਸੋਚਣਾ ਪੈਣਾ ਵੀ ਹਾਂ ਤੁਸੀਂ ਤੁਹਾਡੀ ਕਮਿਟਮੈਂਟ ਕੀ ਆ ਅਸੀਂ ਪੈਸਾ ਨਹੀਂ ਮੰਗਣਾ ਅੱਛਾ ਲੋਕਲ ਪਿੰਡ ਵਾਲੇ ਜਿਹੜੇ ਭਾਈ ਜਿਹਨਾਂ ਨੂੰ ਦਰਦ ਆ ਪੰਜਾਬ ਦਾ ਸੰਨਾ ਜੁੜਨ ਜਿਹੜੀਆਂ ਜਥੇਬੰਦੀਆਂ ਕਹਿ ਲਓ ਭਾਈ ਉੱਥੇ ਹੁਣ ਇੱਦਾਂ ਦੇ ਕੰਮ ਸਾਡੇ ਨਾਲ ਜੁੜ ਕੇ ਕਰਨਾ ਚਾਹੁੰਦੇ ਸਾਨੂੰ ਕੰਟੈਕਟ ਕਰ ਸਕਦੇ ਆ ਅਸੀਂ ਸਾਡੇ ਨਾਲ ਬਹਿਣ ਨੂੰ ਤਿਆਰ ਆ ਪਰ ਇਹਦੇ ਵਿੱਚ ਇਹ ਵੀ ਆਉਂਦਾ ਆ ਬਈ ਕਈ ਜਥੇਬੰਦੀਆਂ ਇੱਕ ਨਾਲ ਗੱਲ ਨਹੀਂ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ ਸਾਨੂੰ ਪਤਾ ਸਾਡੇ ਨਾਲ ਸਾਡੇ ਉੱਪਰ ਇੱਦਾਂ ਬਾਕੀ ਜਥੇਬੰਦੀਆਂ ਇੱਦਾਂ ਹੀ ਆ ਠੀਕ ਆ ਤੁਸੀਂ ਪਬਲਿਕ ਦੱਸ ਦਿਓ ਫੇਸਬੁੱਕ ਤੇ ਅਸੀਂ ਆਹ 5-10 ਮਿੰਟ ਲੈ ਲਿਆ ਆ ਮਾਝੇ ਵਿੱਚ ਫਿਰ ਸਾਰਿਆਂ ਲੱਗ ਜਾਂਦਾ ਪਤਾ ਅਸੀਂ ਕਾਪੀ ਨਾ ਕਰੀਏ ਉਹ ਫਿਰ ਦੂਜੇ 10 ਮਿੰਟ ਕਿਸੇ ਹੋਰ ਲੈ ਲਏ ਜੇ ਅਸੀਂ ਬਹਿ ਕੇ ਕੰਮ ਕਰੀਏ ਪਲਾਨ ਕਰੀਏ ਬਹੁਤ ਵਧੀਆ ਮੈਂ ਵੀ ਇੱਥੋਂ ਇੱਕ ਸਿੰਘ ਇੱਥੋਂ ਤੇ ਪੰਜਾਬ ਤੋਂ ਵੀ ਸਿੰਘ ਹੈਗੇ ਤੇ ਹੋਰ ਸਾਡੇ ਇੱਥੇ ਸੇਵਾਦਾਰ ਹੈਗੇ ਉਹ ਇਕੱਠੇ ਬਹਿ ਕੇ ਤੁਹਾਨੂੰ ਵਿਚਾਰ ਕਰਕੇ ਪਿੰਡ ਵਾਲਿਆਂ ਨਾਲ ਅਸੀਂ ਕਿੱਦਾਂ ਮੂਵ ਕਰਨਾ ਜੇ ਨਹੀਂ ਇੱਕ ਦੂਜੇ ਨਾਲ ਗੱਲ ਕਰਨੀ ਕੋਈ ਪ੍ਰੋਬਲਮ ਨਹੀਂ ਗੀ ਇਹਦਾ ਮਤਲਬ ਨਹੀਂ ਅਸੀਂ ਸੇਵਾ ਨਹੀਂ ਕਰ ਸਕਦੇ ਗਰੀਬਾਂ ਦੀ ਮਦਦ ਨਹੀਂ ਕਰ ਸਕਦੇ ਫਿਰ ਜਿੱਥੇ ਅਸੀਂ ਕੰਪਲੇਨ ਕਰਦੇ ਹਾਂ ਉਹ ਫਲਾਣ ਆਹ ਬਣ ਗਿਆ ਉਹਨੇ ਆਪਣਾ ਧਰਮ ਇੱਧਰ ਕਰ ਲਿਆ ਉਹਨੂੰ ਆਹ ਹੋ ਗਿਆ ਉਹ ਫਿਰ ਮੇਰਾ ਖਿਆਲ ਤੁਸੀਂ ਜਦੋਂ ਕਹੋਗੇ ਤੇ ਤੁਹਾਨੂੰ ਪੁੱਛੂਗਾ ਕੋਈ ਭਾਈ ਤੁਹਾਡਾ ਤੁਹਾਡਾ ਚਾਂਸ ਸੀਗਾ ਕੁਛ ਕਰਨ ਦਾ ਤੁਸੀਂ ਕਰਦੇ ਨਹੀਂ ਗੇ ਕੁਛ ਕਰੋ ਵੀ ਤੇ ਉਹ ਪਿੰਡ ਜਿਹੜੇ ਤੁਸੀਂ ਸਫਾਈ ਕਰਨੀ ਉਹਦੇ ਰਿਪੇਅਰ ਕਰਨੇ ਘਰ ਬਣਾਉਣੇ ਗਰੀਬਾਂ ਦੇ ਕੋਈ ਜਿਹੜੇ ਭਾਈ ਡੰਗਰ ਵਿਚਾਰਨੇ ਮਾਰ ਕੇ ਉਹ ਦੇਣੇ ਮੁੜ ਕੇ ਉਹਨੂੰ ਥੋੜੀ ਜਿਹੀ ਇੱਦਾਂ ਭਾਈ ਸਕੂਟਰ ਲੈ ਕੇ ਦੇ ਦਿੱਤਾ ਕੋਈ ਕਿਸੇ ਨੂੰ ਕੋਈ ਰਿਕਸ਼ਾ ਲੈ ਕੇ ਦੇ ਆਟੋ ਰਿਕਸ਼ਾ ਲੈ ਕੇ ਦੇ ਦਿੱਤਾ ਜਿਹੜੇ ਗਰੀਬ ਆ ਉਹਨੂੰ ਦਵਾਈਆਂ ਦਾ ਤੁਸੀਂ ਫੁੱਲ ਖੁੱਲੀ ਛੁੱਟੀ ਦੇਤੀ ਆ ਗਰੀਬ ਆ ਤੁਹਾਡੇ ਬੱਚੇ ਤੁਹਾਡੇ ਜਿਹੜੇ ਬਜ਼ੁਰਗ ਆ ਉਹਨਾਂ ਨਾਲ ਅਸੀਂ ਜੁੜ ਕੇ ਅਸੀਂ ਤੁਹਾਨੂੰ ਦਵਾਈਆਂ ਦਵਾਈਆਂ ਦੇਵਾਂਗੇ ਉਹਦੇ ਪਿੰਡ ਦੇ ਵਿੱਚ ਵੀ ਸਾਨੂੰ ਬੰਦੇ ਰੱਖਣੇ ਪੈਣੇ ਜਿਹੜੇ ਪਿੰਡ ਦੇ ਜਥੇਦਾਰ ਬਣੂਗੇ ਜਿਹੜੇ ਪਿੰਡ ਦੇ ਜਥੇਦਾਰ ਬਣੂਗੇ ਉਹਨਾਂ ਨੂੰ ਪੈਸੇ ਨਹੀਂ ਦੇਣੇ ਅਸੀਂ ਕਿਸੇ ਚੀਜ਼ ਦੇ ਉਹ ਬਸ ਸਾਨੂੰ ਇਨਫੋਰਮੇਸ਼ਨ ਦੇਣੀ ਆ ਕਿ ਜਿਹੜੀ ਜਥੇਬੰਦੀ ਉਹ ਪਿੰਡ ਸੰਭਾਲ ਰਹੀ ਆ
ਉਹ ਪਿੰਡ ਦਾ ਜਥੇਦਾਰ ਹੋਊਗਾ ਜਿਹੜਾ ਜਿਹੜਾ ਪੰਥ ਦਾ ਦਰਦੀ ਹੋਵੇ ਪੰਜਾਬ ਦਾ ਦਰਦੀ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਹਿੰਦੂ ਹੋਵੇ ਪਰ ਪੰਜਾਬ ਦਾ ਦੁੱਖ ਹੋਵੇ ਦਰਦ ਹੋਵੇ ਉਹਦੇ ਦਿਲ ਦੇ ਵਿੱਚ ਉਹਨੂੰ ਸਾਨੂੰ ਕਹਿਣਾ ਵੀ ਆਹ ਫਲਾਣੇ ਝਣਕੇ ਦਾ ਇਲਾਜ ਕਰਾਉਣਾ ਇਹਦਾ ਇਹਦੀ ਭਾਈ ਜਾਨਵਰ ਮਰ ਗਿਆ ਇਹਦੀ ਛੱਤ ਪਾਉਣੀ ਆ ਔਰ ਜਿਹੜੀ ਜਥੇਬੰਦੀ ਹੈਗੀ ਆ ਉਹਨੂੰ ਫਿਰ ਈਮੇਲ ਕਰੇ ਸਾਰੀ ਇਨਫੋਰਮੇਸ਼ਨ ਅਸੈਸਮੈਂਟ ਤੁਹਾਨੂੰ ਫੋਰਮ ਦੇ ਦਿੰਦੇ ਉਹਨੂੰ ਅਸੀਂ ਕੱਲੇ ਕੱਲੇ ਪਿੰਡ ਦੇ ਜਥੇਰੇ ਬਣ ਜਾਓ ਤੇ ਨਾਲੇ ਉੱਥੇ ਜੋਬਾਂ ਬਹੁਤ ਹੋਊਗੀਆਂ ਕ੍ਰੀਏਟ ਹੋਊਗੀਆਂ ਜਿੱਦਾਂ ਭਾਈ ਕਹਿੰਦੇ ਭਾਈ ਏਦਾਂ ਦੇ ਕੰਮ ਕਰੋ ਜਿੱਥੇ ਨੌਜਵਾਨ ਦੀ ਕ੍ਰੀਏਸ਼ਨ ਜੋਬ ਦੀ ਕ੍ਰੀਏਸ਼ਨ ਹੋਵੇ ਉਹ ਪੰਜਾਬ ਛੱਡ ਕੇ ਨਾ ਜਾਣ ਤਨਖਾਹ ਜਿਹੜੀਆਂ ਜਥੇਬੰਦੀਆਂ ਬਾਹਰ ਰਿਹਾ ਕੰਮ ਕਰਦੀਆਂ ਬਾਹਰੋਂ ਬਹੁਤ ਕੰਮ ਕਰਦੀਆਂ ਪੰਜਾਬ ਚ ਜਿਹੜੀ ਤਨਖਾਹ ਵੀ ਹੋਊਗੀ ਚੱਜ ਦੀ ਤਨਖਾਹ ਹੋਵੇ ਇੰਨੀ ਲੈਵਲ ਤੇ ਹੋਵੇ ਤੇ ਇਹ ਨੀ ਭਾਈ ਚਲੋ ਜੀ ਕਿਸੇ ਨੂੰ ਰੱਖ ਲਿਆ ਦਸ ਹਜ਼ਾਰ ਰੁਪਈਏ ਮਹੀਨੇ ਦਾ ਤੇ ਕੰਮ ਕਰਾਓ ਜਿੱਦਾਂ ਉਹਨੂੰ ਬਦਲ ਵਿਚਾਰ ਨੂੰ ਦਿਨ ਦਿਹਾੜੀ ਚੌਵੀ ਘੰਟੇ ਚੱਜ ਦੀ ਤਨਖਾਹ ਹੋਵੇ ਰਿਸਪੈਕਟਬਲ ਕੰਡੀਸ਼ਨ ਹੋਣ ਸਾਰੀ ਟੂਲ ਹੋਵੇ ਇਮਾਨਦਾਰ ਬੰਦੇ ਹੋਣ ਤੇ ਕੰਮ ਦੇਵੋ ਤੇ ਪੰਜਾਬ ਚੱਕੀਏ ਅਸੀਂ ਤਿਆਰ ਹਾਂ ਅਸੀਂ ਕਰ ਵੀ ਰਹੇ ਹੁਣ ਜਿਹੜਾ ਪਿੰਡ 360 ਪਿੰਡ ਆ ਪ੍ਰੋਜੈਕਟ ਆ ਜਿੱਦਾਂ ਕੋਰ ਧਰਮ ਕੀਤਾ ਅਸੀਂ ਕੱਲੇ ਕੱਲੇ ਪਿੰਡ ਕਰ ਰਹੇ ਉਹ ਵਧਾ ਰਹੇ ਅਸੀਂ ਹੌਲੀ ਹੌਲੀ ਇਹ ਵਧਾਉਣੇ ਆ ਸਾਡੀ ਨਾਲ ਯੂਕੇ ਆ ਯੂਐਸਏ ਆ ਕੈਨੇਡਾ ਆ ਹੁਣ ਆਸਟ੍ਰੇਲੀਆ ਵੀ ਖੁੱਲ ਜਾਣੀ ਉਧਰੋਂ ਖਾਲਸਾ ਇੰਡੀਆ ਤੇ ਮਾਇਆ ਦੀ ਪ੍ਰੋਬਲਮ ਮਾਇਆ ਆਈ ਜਾਂਦੀ ਤੁਸੀਂ ਦੇਖੋ ਕਿੰਨੀ ਸਪੋਰਟ ਕੀਤੀ ਖਾਲਸਾ ਨੂੰ ਖਾਲਸਾ ਚੜ੍ਹਦੀ ਕਲਾ ਦੁਨੀਆਂ 'ਚ ਸੇਵਾ ਕਰਦੀ ਆ ਉਹ ਜਿਹੜਾ ਸਾਡਾ ਐਕਸਪੀਰੀਅੰਸ ਦੁਨੀਆਂ ਦਾ ਅਸੀਂ ਪੰਜਾਬ ਲੈ ਕੇ ਆਏ ਹਾਂ ਉਹ ਪੰਜਾਬ ਕਰ ਰਹੇ ਹਾਂ ਸੋ ਸਾਰੇ ਪਾਸੇ ਕੰਮ ਹੈਗਾ ਅਸੀਂ ਕਰ ਵੀ ਰਹੇ ਹਾਂ ਪਰ ਮੇਰਾ ਖਿਆਲ ਜੇ ਅਸੀਂ ਜਥੇਬੰਦੀਆਂ ਸੰਭਾਲ ਲੈਣ ਇੱਕ ਦੂਜੇ ਨਾਲ ਗੱਲ ਕਰ ਲੈਣ ਬਹਿ ਕੇ ਮੈਂ ਇੱਥੇ ਬੰਦਾ ਸਾਡੇ ਯੂਕੇ ਦੇ ਗੁਰਪ੍ਰੀਤ ਸਿੰਘ ਹੈਗੇ ਜਿਹੜੇ ਬਹੁਤ ਸੇਵਾ ਕਰਦੇ ਪੰਜਾਬ 'ਚ ਅਮਨਪ੍ਰੀਤ ਸਿੰਘ ਹੈਗੇ ਆ ਉਹ ਜਾ ਕੇ ਉਹਨਾਂ ਮੀਟਿੰਗ ਕਰਨ ਜਿਹੜੇ ਫਿਰ ਦੂਜੀਆਂ ਜਥੇਬੰਦੀਆਂ ਦੱਸੋ ਕਿਹੜੇ ਪਿੰਡ ਲੈਣੇ ਤੁਸੀਂ 10 ਪਿੰਡ ਤੁਸੀਂ ਆਪੇ ਹੀ ਚੂਜ਼ ਕਰ ਲਓ 10 ਪਿੰਡ ਅਸੀਂ ਕਰ ਲਵਾਂਗੇ 10 ਪਿੰਡ ਉਹ ਇੱਕ ਦੂਜੀ ਸਪੋਰਟ ਕਰੀਏ ਇੱਕ ਦੂਜੇ ਦਾ ਕਿਉਂਕਿ ਅਸੀਂ ਤਾਂ ਚੱਲ ਜਾਣਾ ਦੁਨੀਆਂ 'ਚੋਂ ਜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਚਾਹੀਦੀ ਅਸਲੀਅਤ ਹੈਲਪ ਪ੍ਰੈਕਟੀਕਲ ਹੈਲਪ ਚਾਹੀਦੀ ਉਹਨੂੰ ਜਿੰਨਾ ਮਰਜ਼ੀ ਉਹਨੂੰ ਲੈਕਚਰ ਦੇਈ ਜਾਓ ਜਿੰਨਾ ਮਰਜ਼ੀ ਤੁਸੀਂ ਉਹਨੂੰ ਕਹੀ ਜਾਓ ਤੁਸੀਂ ਆਹ ਕਰੋ ਉਹ ਕਰੋ ਜਾਂ ਤਾਂ ਅਸੀਂ ਉਹਨਾਂ ਢਿੱਡ ਨਹੀਂ ਭਰਦੇ ਦਵਾਈਆਂ ਨਹੀਂ ਦਿੰਦੇ ਉਹਦੇ ਛੱਤ ਨਹੀਂ ਦਿੰਦੇ ਉਹਨਾਂ ਨੇ ਜਿਹੜਾ ਦਊਗਾ ਉਹਨਾਂ ਲਈ ਰੱਬ ਬਣ ਜਾਣਾ ਫਿਰ ਅਸੀਂ ਮਗਰੋਂ ਸਟੇਜਾਂ 'ਤੇ ਘਰ ਜਾ ਕੇ ਇੱਥੇ ਉੱਧਰ ਜਾ ਕੇ ਰੋਈ ਜਾਣਾ ਪਿੱਟੀਆਂ ਉਹਦੀ ਦੇਖੋ ਕੀ ਬਣ ਗਿਆ ਕੀ ਹੋ ਗਿਆ ਕਿਉਂਕਿ ਕਮਜ਼ੋਰੀ ਹੈਗੀ ਸਾਡੀ ਜਿਹੜੀਆਂ ਜਥੇਬੰਦੀਆਂ ਵੱਡੀਆਂ ਵੱਡੀਆਂ ਜਿਹੜੇ ਪੰਥਕ ਤੌਰ 'ਤੇ ਜਿਹਨੂੰ ਅਸੀਂ ਜਾ ਕੇ ਕਹਿ ਲਓ ਭਾਈ ਆਪਣੇ ਪੰਥ ਦੇ ਮਹਾਨ ਜਥੇਬੰਦੀਆਂ ਕਮੇਟੀਆਂ ਬੁੱਢੀਆਂ ਸਮਝਦੇ ਹਾਂ ਉਹ ਫਿਰ ਜੇ ਇੱਦਾਂ ਦੇ ਸਾਨਾ ਵੀ ਰਲ ਜਾਣ ਅਤੇ ਅਸੀਂ ਵੀ ਕਹਿ ਸਕਦੇ ਹਾਂ ਭਾਈ ਅਸੀਂ 1-2 ਮਿਲੀਅਨ ਦੇ ਇਲਾਕੇ ਲਾਵਾਂਗੇ ਉਹ ਵੀ 1-2 ਮਿਲੀਅਨ ਲਾਓ ਭਾਈ ਇਲਾਕੇ ਦੇ ਵਿੱਚ ਸੋ ਇਹ ਨਹੀਂ ਭਾਈ ਇਕੱਲਾ ਭਾਈ ਇਕੱਲੇ ਜਥੇਬੰਦੀਆਂ ਜਿਹੜੀ ਭਾਈ ਕਮੇਟੀਆਂ ਵੀ ਸਾਡੀਆਂ ਮੈਂ ਐਸ ਜੀ ਪੀ ਸੀ ਨੂੰ ਵੀ ਐਕਚੁਲੀ ਮੈਂ ਮੁੜ ਕੇ ਫਿਰ ਮੈਂ ਇੱਕ ਰਿਕੁਐਸਟ ਕਰਦਾ ਭਾਈ ਅਸੀਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹਾਂ ਅਸੀਂ ਪਲਾਨ ਬਣਾਈਏ ਜਿੱਥੋਂ ਭਾਈ ਖਾਲਸਾਈਡ ਕਹਿ ਸਕਦੀ ਆ ਪਹਿਲੇ ਆਹ ਇਲਾਕੇ ਦੇ ਅਸੀਂ 1-3 ਮਿਲੀਅਨ ਡਾਲਰ ਲਾਉਣਾ ਆਹ ਕੰਮ ਕਰਨਾ ਤੁਸੀਂ ਸਾਨੂੰ ਮੈਚ ਕਰੋ ਅਤੇ ਜੋ ਤੁਸੀਂ ਮੈਚ ਕਰੋਗੇ ਸਾਨੂੰ ਅਤੇ ਅਸੀਂ ਫਿਰ ਸਾਨੂੰ ਪੈਸੇ ਦੇਣ ਦੀ ਲੋੜ ਨਹੀਂ ਗੀ ਤੁਸੀਂ ਉਨੇ ਪ੍ਰੋਜੈਕਟ ਕਰਨੇ ਆ ਉਹ ਸੇਮ ਇਲਾਕੇ ਦੇ ਵਿੱਚ ਮਾਝਾ ਲੈ ਲਓ ਮਾਝੇ ਵਿੱਚ ਅਸੀਂ 3-4 ਮਿਲੀਅਨ ਲਾ ਤੇ 2-3 ਸਾਲ ਦੇ ਵਿੱਚ ਪਾਉਂਡ ਡਾਲਰ ਉਹ ਵੀ ਫਿਰ ਮੈਚ ਕਰਕੇ ਪਿੰਡਾਂ ਦੇ ਵਿੱਚ ਉਹ ਵੀ ਲਾਉਣ ਇੱਕ ਪਾਸੇ ਉਹ ਪ੍ਰਚਾਰਕਾਂ ਜਿਹੜੀ ਡਿਊਟੀ ਆ ਦੂਜੇ ਪਾਸ ਗਰੀਬਾਂ ਦਾ ਜਿੱਦਾਂ ਭਾਈ ਕਹਿ ਲਓ ਜੋ ਚਾਹੀਦਾ ਸਮਾਨ ਤੁਹਾਨੂੰ ਚਾਹੀਦਾ ਦਵਾਈਆਂ ਚਾਹੀਦੀਆਂ ਸਾਰਾ ਕੁਛ ਜੋ ਕੋਈ ਜਿਹੜੀਆਂ ਭਾਈ ਕਮੀਆਂ ਅਸੀਂ ਆਮ ਬੰਦੇ ਕੋਲ ਕਮੀਆਂ ਬਹੁਤ ਹੈਗੀਆਂ ਭਾਈ ਸਾਡੇ ਕੋਲ ਕੋਈ ਆਹ ਹੈ ਨੀਗਾ ਉਹ ਹੈ ਨੀਗਾ ਭਾਈ ਉਹਨਾਂ ਜਿੱਦਾਂ ਭਾਈ ਕਹਿ ਲਓ ਕਈ ਵਾਰੀ ਗਲਤੀਆਂ ਵੀ ਹੁੰਦੀਆਂ ਸਾਡੇ ਕੋਲ ਗਲਤੀਆਂ ਬਹੁਤ ਹੁੰਦੀਆਂ ਪਰ ਜੇ ਇਕੱਠੇ ਹੋ ਕੇ ਤੁਰੀਏ ਇੱਕ ਦੂਜੇ ਨਾਲ ਭਾਈ ਹਾਂ ਅਸੀਂ ਮੈਚ ਕਰਾਂਗੇ ਫੰਡਿੰਗ ਆਪਣੀ ਮੈਚ ਕਰਕੇ ਫੰਡਿੰਗ ਇੱਕ ਪਾਸੇ ਖਾਲਸਾ ਏਡ ਹੋਊਗੀ ਮਾਝੇ ਵਿੱਚ ਇੱਕ ਪਾਸੇ ਐਸ ਜੀ ਪੀ ਸੀ ਹੋਊਗੀ ਅਤੇ ਦੂਜੇ ਪਾਸੇ ਹੋਰ ਜਥੇਬੰਦੀਆਂ ਹੋਊਗੀਆਂ ਇਕੱਠੇ ਬਹਿ ਕੇ ਇਹਦੇ ਵਿੱਚ ਨਹੀਂ ਪੋਲੀਟੀਕਲ ਮੈਂ ਚੌਧਰ ਆ ਮੈਨੂੰ ਕੁਰਸੀ ਚਾਹੀਦੀ ਫੇਰ ਮੈਂ ਗੱਲ ਕਰਨੀ ਮੈਨੂੰ ਪ੍ਰਧਾਨ ਬਣਾਓ ਨਾ ਕੋਈ ਕਮੇਟੀ ਨਾ ਕੋਈ ਕਮੋਟੀ ਕੁਛ ਨਹੀਂ ਬਸ ਸਿੱਧੇ ਸੇਵਾ ਦੀ ਹੋਣੀ ਆ ਉੱਥੇ ਪਲਾਨ ਬਣਾਉਣਾ ਸਾਰਿਆਂ ਦੇ ਖਿਆਲ ਸੁਣੇ ਜਾਊਗੇ ਅਤੇ ਮੋਹਰੇ ਕਿੱਦਾਂ ਤੁਰਨਾ ਸਾਡਾ 23 ਸਾਲ ਹੋ ਗਿਆ ਸਾਨੂੰ ਸੇਵਾ ਕਰਦੇ ਨੇ ਇੱਥੇ ਦੁਨੀਆਂ ਵਿੱਚ ਬਹੁਤ ਤਜਰਬਾ ਬਹੁਤ ਕੁਛ ਸਿੱਖਿਆ ਪਰ ਪੰਜਾਬ ਤੋਂ ਇਹ ਵੀ ਸਿੱਖਿਆ ਭਾਈ ਜਦੋਂ ਤੁਸੀਂ ਗਰੁੱਪ ਬਣਦੇ ਆ ਕੋਈ ਕਮੇਟੀ ਬਣਦੀ ਲੜਾਈ ਝਗੜੇ ਹੁੰਦੇ ਇੱਕ ਦੂਜੇ ਨਾਲ ਬਹਿ ਨਹੀਂ ਹੁੰਦਾ ਕੋਈ ਪ੍ਰਧਾਨ ਬਣਦਾ ਨਹੀਂ ਮੈਂ ਜੋ ਕਹਿੰਦਾ ਉਹ ਹੋਣਾ ਆ ਠੀਕ ਹੈ ਦੋ ਜਿਹੜੇ 10 ਮਿੰਟ ਤੁਸੀਂ ਚੂਜ਼ ਕਰਨੇ ਜਿਹੜੀ ਜਥੇਬੰਦੀ ਕਰੂਗੀ ਉਹ ਕਰ ਸਕੇ ਨੋ ਪ੍ਰੋਬਲਮ ਉਹ ਕਰਨ ਜਾ ਕੇ ਜੋ ਮਰਜ਼ੀ ਜਿੱਦਾਂ ਮਰਜ਼ੀ ਕਰਨ ਅਸੀਂ ਆਪਣਾ ਐਕਸਪੀਰੀਅੰਸ ਦੇਵਾਂਗੇ ਇਹਦੇ ਵਿੱਚ ਹੋਵੇ ਨਹੀਂ ਜੀ ਮੈਂ ਦੇਖੋ ਤੁਹਾਡੇ ਸਾਹਮਣੇ ਆ 23 ਸਾਲ ਹੋ ਗਏ 23 ਸਾਲ ਦੇ ਵਿੱਚ ਕਈ ਮੇਰੇ ਸਾਹਮਣੇ ਕਈ ਲੋਕਾਂ ਨੇ ਡੇਰੇ ਬਣਾ ਲਏ ਕਈ ਲੋਕਾਂ ਨੇ ਬਾਬੇ ਬਣ ਗਏ ਕੋਈ ਲੋਕਾਂ ਨੇ ਮਿਲੀ ਇੰਨੇ ਲਾਈਫ ਸਟਾਈਲ ਬਣ ਗਿਆ ਹੁਣ ਜਿਹੜੇ ਸਾਡੇ ਖਾਲਸਾ ਦਾ ਅਸੀਂ ਤੁਹਾਡੇ ਸਾਹਮਣੇ ਜਿੱਦਾਂ ਪਹਿਲਾਂ ਉੱਦਾਂ ਹੀ ਆ ਸਾਨੂੰ ਕੋਈ ਲਾਚ ਨਹੀਂ ਪੈਸੇ ਦਾ ਨਾ ਕੋਈ ਕੁਰਸੀ ਦਾ ਪੰਜਾਬ ਦਾ ਬਿਲਕੁਲ ਸਾਨੂੰ ਪਿਆਰ ਆ ਹਰ ਵਾਰੀ ਸੋਚਦੇ ਰਹਿੰਦੇ ਹਾਂ ਕਿੱਦਾਂ ਹੋਰ ਕਰਨਾ ਹਰ ਸਟੈਪ ਹਰ ਕਦਮ ਚੱਕੀਦਾ ਪੰਜਾਬ ਲਈ ਵੀ ਅਸੀਂ ਕਿੱਦਾਂ ਕਰੀਏ ਹੁਣ ਮੇਰੀ ਇਹੀ ਰਿਕੁਐਸਟ ਆ ਤੁਸੀਂ ਜਿਹੜੇ ਦੂਜੇ ਜਥੇਬੰਦੀਆਂ ਨੂੰ ਟੈਗ ਕਰ ਦਿਓ ਵਿੱਚ
ਤੇ ਆ ਜਿਹੜੇ ਮੇਰਾ ਪੋਸਟ ਆ ਪਲੀਜ਼ ਇਹ ਤੁਸੀਂ ਸ਼ੇਅਰ ਕਰੋ ਕਿਉਂਕਿ ਖਾਲਸਾ ਦੇ ਉੱਪਰ ਮੇਰੇ ਰਵੀ ਸਿੰਘ ਦੇ ਉੱਪਰ ਪੇਜ ਉੱਪਰ ਪਾਬੰਦੀ ਲਾਈ ਹੋ ਆ ਰਿਸਟ੍ਰਿਕਸ਼ਨ ਲਾਈ